ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫਾਰ ਜੌਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਔਰ ਗੱਲ ਕਰਾਂਗੇ ਜਿਹੜਾ ਪੰਜਾਬ ਦੇ ਵਿੱਚ ਮਾਸਟ ਕੈਡਰ ਦੀ ਭਰਤੀ ਨਿਕਲੀ 3704 ਪੋਸਟਾਂ ਲਈ ਲਿਖਤੀ ਪੇਪਰ ਦੀ ਡੇਟ ਸ਼ੀਟ ਪਹਿਲਾਂ ਆਈ ਸੀ ਔਰ ਜਿਸ ਦੇ ਪੰਜਾਬੀ ਹਿੰਦੀ ਔਰ ਅੰਗਰੇਜ਼ੀ ਦਾ ਪੇਪਰ ਦੀ ਗੱਲ ਕੀਤੀ ਗਈ ਸੀ ਜਿਹੜਾ ਕਿ 27 ਤੋਂ ਸਟਾਰਟ ਹੋਣ ਜਾ ਰਿਹਾ ਹੁਣ ਅਗਲੀ ਵਾਰ ਜਿਹੜੀ ਡੇਟ ਸ਼ੀਟ ਆ ਚੁੱਕੀ ਆ ਉਹ ਹੈ 24 12 ਨੂੰ ਡੇਟ ਸ਼ੀਟ ਆਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪੇਪਰਾਂ ਲਈ ਜਿਹੜਾ ਹੁਣ ਸਮਾਜਿਕ ਸਿੱਖਿਆ SST ਜਿਸ ਨੂੰ ਬੋਲਦੇ ਹਾਂ ਉਸ ਦਾ ਪੇਪਰ 9 ਜਨਵਰੀ ਨੂੰ ਹੋਏਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਅਪਰੋਕਸੀਮੇਟਲੀ ਇੱਕ ਵੀਕ ਜਿਹੜਾ ਲੇਟ ਹੋ ਸਕਦਾ ਐਗਜ਼ਾਮ ਤਾਂ ਲਗਭਗ ਇਹੀ ਸਮਝੋ ਕਿ ਇੱਕ ਵੀਕ ਬਾਅਦ ਤੁਹਾਡਾ ਪੇਪਰ ਹੁਣ 9 ਜਨਵਰੀ ਨੂੰ 2021 ਦੇ ਵਿੱਚ 9:30 ਤੋਂ 12 ਵਜੇ ਤੱਕ ਰਹੇਗਾ ਔਰ ਮੈਥ ਦਾ ਪੇਪਰ 9 ਜਨਵਰੀ ਨੂੰ ਹੀ ਈਵਨਿੰਗ ਸੈਸ਼ਨ 'ਚ ਰਹੇਗਾ 2 ਤੋਂ ਲੈ ਕੇ 4:30 ਭਾਪ ਤੁਹਾਡੇ ਕੋਲ 2.5 ਘੰਟੇ ਦਾ ਸਮਾਂ ਹੋਏਗਾ ਸਾਇੰਸ ਦਾ ਪੇਪਰ ਹੋਏਗਾ 10 ਵਜੇ ਸੌਰੀ 9:30 ਤੋਂ 12 ਵਜੇ ਦੇ ਕੋਲ ਆ اور ਮਾਰਨਿੰਗ ਟਾਈਮ ਹੋਏਗਾ ਇਸਦਾ ਵੀ ਔਰ 10 ਜਨਵਰੀ ਨੂੰ ਹੋਏਗਾ ਠੀਕ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਰੋਲ ਨੰਬਰ ਜਿਹੜਾ ਕੈਂਡੀਡੇਟ ਆਪਣੇ ਡਾਊਨਲੋਡ ਕਰ ਸਕਦੇ ਆ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਅਫੀਸ਼ੀਅਲ ਵੈਬਸਾਈਟ ਇਹਨਾਂ ਦੀ ਤੁਹਾਨੂੰ ਪਤੀ ਹੈ ਉਹ ਵਾਲੀ ਇਹ ਵੈਬਸਾਈਟ ਹੈਗੀ ਹੈ ਇੱਥੇ ਜਾ ਕੇ ਤੁਸੀਂ ਆਪਣੇ ਰੋਲ ਨੰਬਰ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਆਪਣਾ ਸੈਂਟਰ ਸਾਬ ਕੁਝ ਪਤਾ ਚੱਲ ਜਾਈ ਔਰ ਇੱਕ ਚੀਜ਼ ਹੋਰ ਦੱਸਤੀ ਬਹੁਤ ਸਾਰੇ ਕੈਂਡੀਡੇਟ ਕਹਿੰਦੇ ਸੀ ਔਰ ਤੁਹਾਡੀ ਐਡਮਿਟ ਕਾਰਡ ਦੇ ਭਾਵ ਤੁਸੀਂ ਜਿਹੜਾ ਐਡਮਿਟ ਕਾਰਡ ਉਹ ਕਲਰਫੁੱਲ ਰੱਖਿਓ ਤਾਂ ਵਧੀਆ ਗੱਲ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਸਕੈਨ ਫੋਟੋ ਤਾਂ ਕਲਰਫੁੱਲ ਤੇ ਫੋਟੋ ਵੀ ਆਏਗੀ ਤੁਹਾਡੀ ਤਾਂ ਨਹੀਂ ਫਿਰ ਇੱਥੇ ਇਹ ਵੀ ਮੰਗ ਰਹੇ ਹੈ ਕਿ ਜੇਕਰ ਤੁਹਾਡੇ ਕੋਲ ਸਕੈਨਡ ਫੋਟੋ ਨਹੀਂ ਹੈ ਤੁਹਾਡੀ ਉਸ ਤੇ ਤਾਂ ਫਿਰ ਉਹਦੀ ਵਿੱਚ ਇਹ ਮੰਗ ਰਿਹਾ ਕਿ ਤੁਹਾਡੀ ਟੈਸਟਡ ਫੋਟੋ ਜਿਹੜੀ ਹੋਣੀ ਚਾਹੀਦੀ ਹੈ ਹਨਾ ਕਿਸੇ ਗਾਸਟਡ ਅਫਸਰ ਤੋਂ ਟੈਸਟਡ ਫੋਟੋ ਜਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਉਹਦੇ ਉੱਤੇ ਲੱਗੀ ਠੀਕ ਹੈ ਐਡਮਿਟ ਕਾਰਡ ਦੇ ਤਾਂ ਇੱਕ ਚੀਜ਼ ਨੂੰ ਇਹ ਨੋਟ ਰੱਖ ਲਿਓ ਕੁਝ ਹੋਰ ਹਦਾਇਤਾਂ ਨੇ ਤੁਸੀਂ ਜਦੋਂ ਐਡਮਿਟ ਕਾਰਡ ਡਾਊਨਲੋਡ ਕਰੋਗੇ ਤਾਂ ਕੋਵਿਡ ਵਾਰੀ ਵੀ ਹਦਾਇਤਾਂ ਨੇ ਤਾਂ ਤੁਹਾਨੂੰ ਉੱਥੇ ਜਿਹੜਾ ਇੱਕ ਲਿੰਕ ਮਿਲੇਗਾ ਉੱਥੇ ਜਾ ਕੇ ਤੁਸੀਂ ਉਹ ਹਦਾਇਤਾਂ ਪੜ੍ਹ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਔਰ ਬਾਤ ਤੋਂ ਬਾਤ ਸ਼ੇਅਰ ਕਰੋ ਔਰ ਬੈਸਟ ਆਫ ਲੱਕ ਆਲ ਸਟੂਡੈਂਟਸ ਔਰ ਇਸ ਤਲਾਬਾ ਆਪਣੇ ਚੈਨਲ ਤੇ ਹਜੇ ਕਾਫੀ ਟਾਈਮ ਪਿਆ ਹੈ ਐਸਐਸਟੀ ਦੇ ਨੋਟਸ ਤੁਸੀਂ ਲੈ ਸਕਦੇ ਹੋ ਐਸਐਸਟੀ ਦੇ ਪੋਲੀਟੀਕਲ ਸਾਇੰਸ ਦੇ ਨੋਟਸ ਲੈ ਸਕਦੇ ਹੋ ਪੂਰੇ ਥਿਉਰੀ ਚ ਤੁਹਾਨੂੰ ਪੂਰਾ ਇੱਕ ਇੱਕ ਟਾਪਿਕ ਕੰਪਲੀਟ ਮਿਲੇਗਾ ਠੀਕ ਹੈ ਉਹ ਸਾਰੇ ਨੋਟਸ ਤੁਸੀਂ ਲੈ ਸਕਦੇ ਹੋ ਠੀਕ ਹੈ ਔਰ ਕੰਟੈਕਟ ਕਰਦੇ ਹੋ ਆਪਣਾ ਨੰਬਰ ਹੈਗਾ 98787 317 52 31752 ਠੀਕ ਹੈ ਇਸ ਨੰਬਰ ਤੇ ਓਨਲੀ ਕੰਟੈਕਟ ਕਰ ਸਕਦੇ ਹੋ WhatsApp ਐਸਐਮਐਸ ਕਰਕੇ ਤਾਂ ਕਿ ਤੁਸੀਂ ਉਹ ਜਿਹੜੇ ਨੋਟਸ ਹੈ ਐਸਐਸਟੀ ਪੋਲੀਟੀਕਲ ਸਾਇੰਸ ਵਾਸਤੇ ਤੁਸੀਂ ਨੋਟਸ ਲੈ ਸਕਦੇ ਹੋ ਹੋ ਸਕਦਾ ਹੈ ਕਿ ਹਿਸਟਰੀ ਦੇ ਨੋਟਸ ਵੀ ਪ੍ਰੋਵਾਈਡ ਕਰਾ ਦिए ਪਰ ਥੋੜਾ ਜਿਹਾ ਕਿਸੇ ਵਜਾ ਕਰਕੇ ਜਿਹੜਾ ਸੀ ਹਿਸਟਰੀ ਨੋਟਸ ਤਿਆਰ ਨਹੀਂ ਕਰ پا ਰਹੇ ਤਾਂ ਜੇਕਰ ਤਿਆਰ ਹੁੰਦੇ ਆ ਤਾਂ ਤੁਹਾਨੂੰ ਉਹ ਵੀ ਜਰੂਰ ਪ੍ਰੋਵਾਈਡ ਕਰਾਏ ਉਹਦੀ ਇਨਫੋ ਜਰੂ ਮਿਲੇਗੀ ਔਰ ਇਹ ਤੁਸੀਂ ਨੋਟਸ ਲੈ ਲਿਓ ਪੋਲੀਟੀਕਲ ਵਾਲੇ ਠੀਕ ਹੈ ਔਰ ਪੰਜਾਬੀ ਦਾ ਪੇਪਰ ਲਗਭਗ 27 ਨੂੰ ਹੈ ਤਾਂ ਉਸ ਵਾਸਤੇ ਵੈਸਟ ਆਫ ਲੱਕ ਹੈਗਾ ਸਾਰਿਆਂ ਨੂੰ ਔਰ ਜਿੰਨਾ ਵੀ ਸਲੇਬਸ ਤੁਹਾਡਾ ਹੈਗਾ ਆਪਣੇ ਚੈਨਲ ਤੇ ਲਗਭਗ 120 ਲੈਕਚਰ ਪਏ ਆ ਉਹਨਾਂ ਨੂੰ ਤੁਸੀਂ ਸਪੀਡ ਨਾਲ ਦੇਖ ਸਕਦੇ ਹੋ ਠੀਕ ਹੈ ਔਰ ਇਸ ਤੋਂ ਇਲਾਵਾ ਆਪਣੀ ਜੁਨੀਆਂ ਬੁੱਕਸ ਹੈਗੀਆਂ ਉਹਨਾਂ ਨੂੰ ਜਿਹੜਾ ਤੁਸੀਂ ਅਹ ਰੀਡ ਕਰ ਸਕਦੇ ਹੋ ਠੀਕ ਹੈ ਇੱਕ ਵਾਰੀ ਰਿਵੀਜ਼ਨ ਜ਼ਰੂਰ ਕਰੋ ਤਾਂ ਐਗਜ਼ਾਮ ਜਿਹੜਾ ਕੁਆਲੀਫਾਈ ਹਰ ਇੱਕ ਦਾ ਹੋਏਗਾ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ ਮਿਲਾਂਗੇ ਨੈਕਸਟ ਵੀਡੀਓ ਵਿੱਚ